ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬਿਲਿਓ ਬੜਾ ਲੋਕੀ ਪੁੱਛਦੇ ਨੇ ਕਿ ਨਵਾਜ਼ ਸ਼ਰੀਫ ਜਿਹੜਾ ਉਹ ਵਾਪਸ ਕਦੋਂ ਆ ਰਿਹਾ ਹੈ ਔਰ ਇਸਹਾਕ ਡਾਰ ਸਾਹਿਬ ਜਿਹੜੇ ਨੇ ਉਹ ਵਾਪਸ ਕਦੋਂ ਆ ਰਹੇ ਨੇ ਬੜੇ ਸਵਾਲਾਂ ਸਾਨੂੰ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਕਰਲਾ ਵੀ ਆਉਂਦੀਆਂ ਨੇ ਜੀ ਕਦੋਂ ਆ ਰਹੇ ਨੇ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਜੋ ਹਾਲਾਤ ਨੇ ਨਿਆਜ਼ੀ ਸਾਹਿਬ ਜੋ ਛੱਡ ਕੇ ਗਏ ਨੇ ਹਾਲਾਤ ਇਹਨਾਂ ਨੂੰ ਕੰਟਰੋਲ ਅਗਰ ਕੋਈ ਦੋ ਬੰਦੇ ਕਰ ਸਕਦੇ ਨੇ ਤੇ ਉਹਨਾਂ ਦਾ ਨਾਮ ਹੈ ਨਵਾਜ਼ ਸ਼ਰੀਫ ਔਰ ਇਸਾਕ ਧਾਰ ਇਸਾਕ ਧਾਰ ਉਹ ਬੰਦਾ ਜਿਨੇ 2013 ਦੇ ਵਿੱਚ ਤੁਹਾਨੂੰ ਪਤਾ ਹੈ ਕਿ 22 ਘੰਟੇ ਦੀ ਲੋਡ ਸ਼ੈਡਿੰਗ ਮਹਿੰਗਾਈ ਕਦਾਈ ਕੋਈ ਹਾਲ ਨਾ ਤੇ ਉਸ ਬੰਦੇ ਨੇ ਆ ਕੇ ਤੇ ਪਾਕਿਸਤਾਨ ਦੀ ਮੌਇਸ਼ਤ ਨੂੰ ਸੰਭਾਲਾ ਦਿੱਤਾ ਆਵਾਮ ਨੂੰ ਵੀ ਰੀਲੀਫ ਦਿੱਤਾ ਸਟੈਬਲਿਸ਼ਮੈਂਟ ਦੀਆਂ ਵੀ ਤਨਹਾਵਾਵਾਂ ਵਧਾਈਆਂ ਉਸ ਤੋਂ ਬਾਅਦ ਮੁਲਾਜ਼ਮੀਆਂ ਦੀਆਂ ਤਨਹਾਵਾਵਾਂ ਵੀ ਵਧਾਈਆਂ ਬਿਜਲੀ ਦੇ کارਖਾਨੇ ਵੀ ਲੱਗੇ ਔਰ ਤਰੱਕੀ ਦਾ ਇੱਕ ਨਵਾਂ ਸਫਰ ਜਿਹੜਾ ਉਹ ਸ਼ੁਰੂ ਕੀਤਾ ਔਰ ਲੋਡ ਸ਼ੈਡਿੰਗ دہشت گردੀ ਇਹ ਸਾਰੇ ਦੇ ਸਾਰੇ ਮਸਾਇਲ ਇਹ ਜਿਹੜੇ ਦੋ ਬੰਦੇ ਨੇ ਇਹਨਾਂ ਨੇ ਹੱਲ ਕੀਤਾ ਨਵਾਜ਼ ਸ਼ਰੀਫ ਔਰ ਇਸਾਕ ਟਾਰ ਹੁਣ ਜਨਾਬ ਲੋਕੀ ਪੁੱਛ ਰਹੇ ਨੇ ਕਿ ਇਹ ਕਦੋਂ ਵਾਪਸ ਆ ਰਹੇ ਨੇ ਤੇ ਅਸੀਂ ਤੁਹਾਨੂੰ ਦੱਸਨੇ ਆ ਕਿ ਇਹਨਾਂ ਦੀ ਵਾਪਸੀ ਜਿਹੜੀ ਹੈ ਇਹ ਕਦੋਂ ਹੋਏਗੀ ਔਰ ਇਸ ਦੇ ਨਾਲ ਹੀ ਜਿਹੜੀ ਦੂਸਰੀ ਖਬਰ ਹੈ ਉਹ ਇਹ ਵੇ ਕਿ ਈਦ ਤੋਂ ਬਾਅਦ ਨਿਆਜ਼ੀ ਦੀ ਗ੍ਰਿਫਤਾਰੀ ਹੋਏਗੀ ਗ੍ਰਿਫਤਾਰ ਤੇ ਇਹਨੂੰ ਬੜੀ ਦੇਰ ਦਾ ਹੋ ਜਾਣਾ ਚਾਹੀਦਾ ਸੀ ਜੋ ਸਾਡੇ ਕੋਲ ਰਿਪੋਰਟਾਂ ਸੀ ਔਰ ਇੱਕ ਦਫਾ ਤੇ છાપા ਵੀ ਵਜਿਆ ਸੀ ਜਿਸ ਤੋਂ ਬਾਅਦ ਇਹ ਉੱਡ ਕੇ ਤੇ ਪਸ਼ਾਵਰ ਨਸ ਗਿਆ ਫਿਰ ਪਰਤ ਕੇ ਬਣੀਗਾਲਾ ਨਹੀਂ ਆਇਆ ਆदमीਨਾ ਇੱਕ ਛੋਟਾ ਜਿਹਾ છਾਪਾ ਸੀ ਤੇ ਲੇਕਿਨ ਇਹ ਐਡਾ ਬੁੱਸ ਦੇ ਲੇਕ ਨਸ ਗਿਆ ਠੀਕ ਹੈ ਈਦ ਤੋਂ ਬਾਅਦ ਇਹਦੀ ਹੋਏਗੀ ਗ੍ਰਿਫਤਾਰੀ ਠੀਕ ਹੈ ਇਹ ਜਿਹੜੀ ਗੱਲ ਜਿਹੜੀ ਇਹ ਚੱਲ ਰਹੀ ਹੈ ਕਿਉਂਕਿ ਮੈਂ ਸਮਝਦਾ ਕਿ ਇਹ ਹੁਣ ਹੋਣੀ ਚਾਹੀਦੀ ਹੈ ਇਹ ਮੁਲਕ ਦੀ ਜ਼ਰੂਰਤ ਆ ਇਸ ਫਿਤਨੇ ਨੂੰ ਅਗਰ ਅਸੀਂ ਕੈਦ ਕਰ ਲਈਏ ਤੇ ਮੁਲਕ ਆਟੋਮੈਟਿਕਲੀ ਅੱਗੇ ਨਿਕਲਣਾ ਸ਼ੁਰੂ ਹੋ ਜਾਏਗਾ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਹੈ ਵੇਖੋ ਨਾ ਚਾਈਨਾ ਨੇ ਇਹਨੇ ਚਾਈਨਾ ਕੋਲ ਫਰਵਰੀ ਚ ਗਿਆ ਉਹਨਾਂ ਦੇ ਕੋਲ ਉਹਨਾਂ ਕੋ ਪੈਸੇ ਮੰਗੇ ਉਹਨਾਂ ਕਿਹਾ ਨਾ ਤੈਨੂੰ ਪੈਸੇ ਨਹੀਂ ਦੇਣ ਕਿਉਂਕਿ ਤੂੰ ਤੇ ਸਾਰਾ ਚਿੱਟਾ ਛਾੜ ਜਾਣਾ ਤੂੰ ਤੇ ਮਰਾਦ ਸਹੀਦ ਨਹੀਂ ਰੱਖੇ ਨੇ ਰਾਤ ਨੂੰ ਗਰੀ ਦਾ ਤੇਲ ਮਲ ਕੇ ਤੁਸੀਂ ਖੇਡਦੇ ਹੋ ਕੌਡੀ ਤੇ ਨਾਲ ਖੇਡਦੇ ਹੋ ਲੁੱਡੋ ਤੇ ਇਹ 2.3 ਅਰਬ ਡਾਲਰ ਇਹ ਤੁਸੀਂ ਹਫ਼ਤੇ ਚ ਉਡਾ ਲੈਣਾ ਤੇ ਅਸੀਂ ਕਿਤੇ ਕੋਲ ਲੱਭਦੇ ਫਿਰਾਂਗੇ ਬਾਅਦ ਚ ਉਹਨਾਂ ਨੇ ਕਿਹਾ ਆਸਾਨੀ ਨਹੀਂ ਦੇਣਾ ਤੁਹਾਨੂੰ ਦੋ ਖਾਨ ਸਾਹਿਬ ਤੁਸੀਂ ਸੋਚੋ ਵੀ ਨਾ ਇਹ ਅਸੀਂ ਰਿਸਕ ਨਹੀਂ ਲੈ ਸਕਦੇ ਕਿਉਂਕਿ ਤੁਸਾਂ ਦੇ ਉਹਦੀਆਂ ਬੱਤੀਆਂ ਬਣਾ ਕੇ ਵਿੱਚ ਚਿੱਟਾ ਛਾੜ ਕੇ ਚਲੋ ਜੀ ਝੜੀ ਜਾਣਾ ਦੇ ਨਾਲ ਲੁੱਡੋ ਖੇਢੀ ਜਾਣੀ ਹੈ ਮੁਰਾਦ ਸੇ ਤੇ ਅਮਜ਼ਾਲੀ ਬਾਸੇ ਦੇ ਉਹ ਯੂਟਿਊਬਰ ਨੇ ਤਿੰਨ ਚਾਰ ਉਹਨਾਂ ਦੇ ਨਾਲ ਤੇ ਫਿਲਮਾਂ ਬਣੀ ਜਾਣੀਆਂ ਨੇ ਤੇ ਚੜੀ ਜਾਣੀਆਂ ਨੇ ਵੈਬਸਾਈਟਾਂ ਤੇ ਆਸਾਨੀ ਉਹ ਪੈਸੇ ਦੇਣੇ ਖਾਨ ਉਹਨਾਂ ਨੇ ਚਿੱਟਾ ਜਵਾਬ ਦਿੱਤਾ ਹੁਣ ਜਿਹੜਾ ਚੈਨ ਵਾਲਿਆ ਆ ਦੋ ਦਿਨ ਪਹਿਲੇ 2.3 ارب ڈالر ਜਿਹੜਾ ਨਾ ਉਹ ਸ਼ਬਾਸ਼ ਸ਼ਰੀਫ ਦੇ ਤਲੀ ਤੇ ਰੱਖਿਆ ਇਹਦੇ ਵਿੱਚ ਬਣੀ ਮਿਹਨਤ ਕੀਤੀ ਗਈ ਬਲਾਵਲ ਪੁੱਠੋ ਜ਼ਰਦਾਰੀ ਨੇ ਔਰ ਸ਼ਬਾਸ਼ ਸ਼ਰੀਫ ਨੇ ਔਰ ਇਹਨਾਂ ਨੇ ਹਫਤੇ ਖੰਡ ਦੇ ਵਿੱਚ ਹੀ ਇਹ 2.3 ارب ڈالر ਲਿਆ ਕੇ ਖਜ਼ਾਨਿਆਂ ਦੇ ਵਿੱਚ ਪਾ ਦਿੱਤਾ ਔਰ ਉਸ ਤੋਂ ਬਾਅਦ ਅੱਗੋਂ ਸਾਊਦੀ ਅਰਬ ਤੋਂ ਆਦਾਦ ਆ ਰਹੀ ਬੇਤਾਸ਼ਾ ਕਤਰ ਤੋਂ ਆ ਰਹੀ ਏ ਔਰ ਯੂਏਈ ਤੋਂ ਆ ਰਹੀ ਏ ਔਰ ਉਸ ਤੋਂ ਬਾਅਦ ਜਿਹੜੇ ਦੂਸਰੇ ਬੈਂਕ ਨੇ ਵਰਲਡ ਬੈਂਕ ਹੋ ਗਿਆ ਏਸ਼ੀਅਨ ਬੈਂਕ ਹੋ ਗਏ ਹੋਰ ਵੀ ਕਈ ਜਿਹੜੇ ਯੂਰਪ ਕਲੱਬ ਹੋ ਗਿਆ ਇਸ ਤਰ੍ਹਾਂ ਦੇ ਕਈ ਜਿਹੜੇ ਡੋਨਰ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਪੈਸੇ ਕਰਜ਼ਾ ਦਿੰਦੇ ਨੇ ਆਸਾਨ ਕਿਸ਼ਤਾਂ ਤੇ ਉਹ ਪਾਕਿਸਤਾਨ ਦੇ ਨਾਲ ਤਾਵਨ ਜਿਹੜਾ ਉਹ ਵਿਦਾਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਲਾ ਜਿਹੜਾ ਬੰਦਾ ਸੀ ਇਹਦੇ ਨਾਲ ਤੇ ਅਸੀਂ ਸलाम ਦੋ ਇਸ ਤੋਂ ਨਹੀਂ ਸਾ ਰੱਖਦੇ ਬਈ ਜੋ ਇਹਨੂੰ ਦਿੰਦੇ ਸੀ ਇਹ ਖਾ ਜਾਂਦਾ ਸੀ ਗੋਗੀ ਜਿਹੜੀ ਆ ਬੋਰੀਆਂ ਭਰ-ਭਰ ਦਵਾਈ ਲੈ ਜਾਂਦੀ ਸੀ ਤੇ ਹੁਣ ਇਹਨੂੰ ਜਿਹੜਾ ਇਹ ਇਹ ਹੁਣ ਚਲਾ ਗਿਆ ਤੇ ਹੁਣ ਉਹਨਾਂ ਨੂੰ ਦਈਏ ਜੀ ਨਾ ਆਵਾਮ ਤੇ ਲਾਣਾ ਤੇ ਹਾਲਾਤ ਜਿਹੜੇ ਨੇ ਬਿਹਤਰੀ ਵੱਲ ਜਾ ਰਹੇ ਨੇ ਤੇ IMF ਦੇ ਨਾਲ ਵੀ ਡੀਲ ਜਿਹੜੀ ਉਹ ਹੋ ਚੁੱਕੀ ਹੈ ਔਰ ਉਧਰੋਂ ਵੀ ਆ ਜਾਣਗੇ ਔਰ ਮੁਲਕ ਦੀ ਮਹਿੰਸਤ ਜਿਹੜੀ ਹੈ ਉਹ ਆਸਤਾ ਆਸਤਾ ਅੱਗੇ ਨਿਕਲਣਾ ਸ਼ੁਰੂ ਹੋਏਗੀ ਜਿਹੜਾ ਪਾਕਿਸਤਾਨ ਦਿਵਾਲੀਆ ਦੇ ਕਿਨਾਰੇ ਦੇ ਉੱਤੇ ਛੜ ਗਿਆ ਸੀ ਉਹ ਦਿਵਾਲੀਆ ਜਿਹੜਾ ਹੋਣ ਤੋਂ ਪਾਕਿਸਤਾਨ ਨੂੰ ਬਚਾ ਲਿਆ ਗਿਆ ਤੇ ਚਾਈਨਾ ਦਾ ਅਸੀਂ ਬੜਾ ਸ਼ੁ크ਰੀਆ ਅਦਾ ਕਰਨੇ ਔਰ ਇਹ ਜਿਹੜੀ ਹਕੂਮਤ ਇਹਨਾਂ ਦਾ ਵੀ ਕਿ ਚਲੋ ਇਹਨਾਂ ਕੁਤਤਾ ਕੋ ਦੋ ਕਰਕੇ ਤੇ ਹਾਲਾਤ ਵਿੱਚ ਬਿਹਤਰੀ ਲੈ ਕੇ ਆਏ ਨੇ ਡਾਲਰ ਜਿਹੜਾ ਉਹ ਡਿੱਗ ਰਿਹਾ ਰੁਪਈਆ ਜਿਹੜਾ ਉਹ ਮਜ਼ਬੂਤ ਹੋ ਰਿਹਾ ਤੇ ਇਨਸ਼ਾਅੱਲਾ ਅਗਲੇ 6 ਮਹੀਨੇ ਦੇ ਵਿੱਚ ਇਹ ਮਹਿੰਗਾਈ ਵੀ ਖਤਮ ਹੋਏਗੀ ਇਹ ਜਿਹੜੀ ਖਾਨ ਲੋਡ ਸ਼ੈਡਿੰਗ ਛੱਡ ਗਿਆ ਦੁਬਾਰਾ ਫਿਰ ਉਹਨਾਂ ਦੇ ਪੈਸੇ ਖਾ ਕੇ ਬਾਹਰ ਭਜਵਾਤੇ ਗੋਗੀ ਦੇ ذریعے ਇਹ ਇਹ ਲੋਡ ਸ਼ੈਡਿੰਗ ਵੀ ਮੁਕੇਗੀ ਔਰ ਤਰੱਕੀ ਦਾ ਇੱਕ ਸਫ਼ਰ ਜਿਹੜਾ ਇਹ ਜਾਰੀ ਦੁਬਾਰਾ ਹੋਏਗਾ ਇਹ ਅਸੀਂ ਤੁਹਾਨੂੰ ਗਰੰਟੀ ਦਿੰਦੇ ਆ ਤੇ ਅਗਲੀ ਜਿਹੜੀ ਖਬਰ ਇਹਦੇ ਵਿੱਚ ਹੀ ਹੋਏਗੀ ਵਾ ਬਜ਼ਦਾਰ پرویز ਲਾਈ ਮੋਨਸ ਲਾਈ ਜਿਹੜੇ ਨੇ ਇਹ ਵੀ ਗ੍ਰਿਫਤਾਰ ਹੋਣਗੇ ਈਦੋਂ ਬਾਅਦ ਇਹਦੇ ਤੇ ਵੀ ਗੱਲ ਕਰਾਂਗੇ ਹੁਣ ਆ ਜਾਂਦੇ ਆ ਨਿਵਾਜ਼ ਸ਼ਰੀਫ ਔਰ ਇਸਾਰਦਾਰ ਦੀ ਵਾਪਸੀ ਨਵਾਸ਼ੀ ਸ਼ਾਹ ਜਿਹੜੇ ਨੇ ਉਹ ਤੇ ਬੜੀ ਦੇਰ ਦੇ ਕਹਿ ਰਹੇ ਨੇ ਕਿ ਮੈਂ ਵਾਪਸ ਆਣਾ ਔਰ ਮੈਂ ਉੱਥੇ ਆਪਣੀ ਆਵਾਮ ਦੇ ਵਿੱਚ ਜਿਹੜਾ ਨਾ ਉਹ ਰਹਿਣਾ ਚਾਹਨਾ ਲੇਕਿਨ ਡਾਕਟਰ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਫਿਲਹਾਲ ਰੋਕੇ ਆ ਔਰ ਮੈਨੂੰ ਲੱਗਦਾ ਇੰਝ ਹੀ ਹੈ ਕਿ ਅਕਤੂਬਰ ਨਵੰਬਰ ਤੱਕ ਅਕਤੂਬਰ ਤੱਕ ਹੀ ਚਲੋ ਨਹੀਂ ਨਵੰਬਰ ਤੱਕ ਰੱਖ ਲੈਣੇ ਆ ਆ ਤੇ ਉਹਨਾਂ ਪਹਿਲੇ ਜਾਣਾ ਨਵੰਬਰ ਤੱਕ ਨਵਾਸ਼ੀ ਸ਼ਾਹ ਜਿਹੜੇ ਨੇ ਉਹਨਾਂ ਦੀ ਇੱਕ ਸਰਜਰੀ ਰਹਿੰਦੀ ਹੈ ਛੋਟੀ ਜੀ ਉਹ ਕਰਵਾ ਕੇ ਤੇ ਡਾਕਟਰ ਦੀ ਹਦਾਇਤ ਦੇ ਮੁਤਾਬਕ ਬਿਲਕੁਲ ਉਹ ਨਵੰਬਰ ਤੱਕ ਪਾਕਿਸਤਾਨ ਜਿਹੜਾ ਉਹ ਆ ਜਾਣ ਦੇ ਉਸ ਤੋਂ ਪਹਿਲੇ ਪਹਿਲੇ ਹੀ ਸਮਝਿਆ ਕਰੋ ਤੇ ਸਾਖਦਾਰ ਸਾਹਿਬ ਜਿਹੜੇ ਨੇ ਉਹ ਉਹਨਾਂ ਦੀ ਬਹੁਤ ਸਖਤ ਲੋੜ ਪੈ ਗਈ ਹੈ ਮੁਲਕੇ ਪਾਕਿਸਤਾਨ ਨੂੰ ਕਿਉਂਕਿ ਮੁਲਕੇ ਪਾਕਿਸਤਾਨ ਦੀ ਮੁਇਸ਼ਤ ਦਾ ਇੱਕੋ ਹੀ ਡਾਕਟਰ ਹੈ ਜਿਹਦਾ ਨਾਮ ਇਸਾਕ ਡਾਰ ਕਿਉਂਕਿ ਉਹ ਇਸ ਮੁਲਕ ਦਾ ਜਿਹੜਾ ਤਰਜ਼ ਹੈ ਜਿਹੜਾ ਸਿਸਟਮ ਹੈ ਸਾਰਾ ਉਹਨੂੰ ਬੜੇ ਉਹਦਾ ਹਾਫਜ਼ ਹੈ حافظ ਸਮਝਦਾ ਹਿਫਜ਼ ਕੀਤਾ ਹੈ ਉਹਨੇ ਉਹ ਸਿਸਟਮ ਔਰ ਉਹ ਸਮਝਦਾ ਹੈ ਬਈ ਇਹ ਔਰ ਪਾਕਿਸਤਾਨ ਵੀ ਸਮਝਦਾ ਸਟੈਬਲਿਸ਼ਮੈਂਟ ਵੀ ਸਮਝਦੀ ਏ ਬੱਚਾ ਬੱਚਾ ਸਮਝਦਾ ਬਈ ਡਰ ਤੋਂ ਇਲਾਵਾ ਇਹ ਮੌਜੂਦਤ ਸਿੱਧੀ ਨਹੀਂ ਹੋ ਸਕਦੀ ਹੁਣ ਨਿਆਜ਼ੀ ਨੇ 6 7 ਵਜ਼ੀਰੇ ਖਾਨਾ ਖਜ਼ਾਨਾ ਤਬਦੀਲ ਕੀਤੇ ਲੇਕਿਨ ਡੁੱਬਦੀ ਗਈ ਉਤਾ ਨਹੀਂ ਗਈ ਤੇ ਇਹ ਜਿਹੜੀ ਪਾਕਿਸਤਾਨ ਦੀ ਮੌਜੂਦਤ ਹੈ ਨਾ ਇਹਦਾ ਡਾਕਟਰ ਜਿਹੜਾ ਹੈ ਨਾ ਉਹ ਹਸਾਕدار ਹੈ ਉਹਦਾ ਆਣਾ ਹੁਣ ਬੜਾ ਲਾਜ਼ਮੀ ਹੋ ਚੁੱਕਿਆ ਹੈ ਤੇ ਅਸੀਂ ਹੁਣ ਤੁਹਾਨੂੰ ਬ੍ਰੇਕਿੰਗ ਖਬਰ ਦਿੰਦੇ ਆ ਕਿ ਸਾਖਡਾਰ ਸਾਹਿਬ ਮੇਰਾ ਅੰਦਾਜ਼ਾ ਹੈ ਕਿ ਸ਼ਾਇਦ ਈਦੋਂ ਪਹਿਲੋਂ ਆ ਜਾਣ। ਅਗਰ ਈਦੋਂ ਪਹਿਲੋਂ ਨਾ ਆ ਸਕੇ ਤੇ ਅਗਲੇ 3 ਤੋਂ 4 ਹਫ਼ਤਿਆਂ ਦੇ ਵਿੱਚ ਵਿੱਚ ਇਸਾਕਡਾਰ ਸਾਹਿਬ ਪਾਕਿਸਤਾਨ ਹੋਣਗੇ। ਇਹ ਬਹੁਤ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਆ। ਉਹਦੀ ਵਜ੍ਹਾ ਕੀ ਹੈ ਕਿ ਪਾਕਿਸਤਾਨ ਨੂੰ ਇਸ ਟਾਈਮ ਇਸਾਕਡਾਰ ਦੀ ਜ਼ਰੂਰਤ ਹੈ। ਉਹੀ ਬੰਦਾ ਜਿਹੜਾ ਇਸ ਮੁਲਕ ਦੀ ਮੌਇਸ਼ਤ ਨੂੰ ਜਿਹੜੀ ਨਿਆਜ਼ੀ ਡੋਬ ਕੇ ਗੈ ਉਹਨੂੰ ਉਠਾ ਸਕਦਾ ਹੈ ਕਾਰੀਗਰ ਆਦਮੀ ਹੀ ਇਹ ਕੰਮ ਕਰ ਸਕਦਾ ਅਣਜਾਣ ਦਾ ਇਹ ਕੰਮ ਨਹੀਂ ਅਣਜਾਣ ਦੇ ਹੱਥ 4 ਸਾਲ ਦਿੱਤੀ ਰੱਖੀਏ ਤੇ ਉਹਨੇ ਟੋਟੇ ਟੋਟੇ ਕਰ ਛੜੀ ਹਰਸ਼ਾ ਠੀਕ ਹੈ ਨਾ ਜੀ ਤੇ ਇਹ ਹੁਣ ਟੋਟੇ ਵੀ ਜੋੜਨੇ ਨੇ ਸਾਰੇ ਸਾਖਦਾਰ ਨੇ ਤੇ ਮੁਲਕ ਨੂੰ ਪੈਰਾਂ ਤੇ ਵੀ ਖੜਿਆ ਕਰਨਾ ਔਰ ਅੱਗੇ ਵੀ ਲੈ ਕੇ ਚੱਲਣਾ ਹੈ ਔਰ ਤਰੱਕੀ ਜਿਹੜੀ ਉਹਦੀ ਰਫ਼ਤਾਰ ਵੀ ਤੇਜ਼ ਕਰਨੀ ਹੈ ਔਰ ਆਵਾਮ ਨੂੰ ਰਿਲੀਫ ਵੀ ਦੇਣਾ ਹੈ ਔਰ ਮੁਲਕ ਨੂੰ ਦਿਵਾਲੀਆ ਹੋਣ ਤੋਂ ਤੇ ਚਲੋ ਬਚਾ ਲਿਆ ਸ਼ਬਾਸ਼ ਸ਼ਰੀਫ ਨੇ ਔਰ ਬਲਾਵਲ ਪੁੱਟੋ ਜ਼ਰਦਾਰੀ ਨੇ ਲੇਕਿਨ ਇਹਨੂੰ ਸਟੇਬਲ ਕਰਕੇ ਅੱਗੇ ਲੈ ਕੇ ਜਾਣਾ ਔਰ ਉਹਦਾ ਨਾਮ ਹੈ ਇਸਾਕ ਧਾਰ ਤੇ ਇਹ ਬਹੁਤ ਅੱਛੀ ਖਬਰ ਹੈ ਕਿ ਉਹ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਪਾਕਿਸਤਾਨ ਆ ਜਾਣਗੇ ਆ ਕੇ ਆਪਣੇ ਮੁਕਦਮਾ ਦਾ ਸਾਹਮਣਾ ਵੀ ਕਰਨ ਦੇ ਔਰ ਉਹ ਸੈਨੇਟਰ ਨੇ ਆਂਦੇ ਹੀ ਹਰਫ਼ ਚੁਖਣਗੇ ਸੈਨੇਟ ਦਾ ਔਰ ਨਾਲ ਹੀ ਵਿਜ਼ਾਰਤ ਖਜ਼ਾਨਾ ਦਾ ਹਲਫ਼ ਵੀ ਚੁੱਕਣਗੇ ਤੇ ਫਿਰ ਨਾਲ ਆਪਣਾ ਕੇਸ ਵੀ ਤੇ ਪਾਕਿਸਤਾਨ ਦੀ ਮੌਇਸ਼ਰ ਜਿਹੜੀ ਉਹ ਅੱਗੇ ਲੈ ਕੇ ਜਾਣਗੇ ਇਹ ਤੇ ਹੋ ਗਈ ਨਵਾਸ਼ ਸ਼ਰੀਫ ਸਾਹਿਬ ਔਰ ਇਸਾਕਟਾਰ ਸਾਹਿਬ ਦੀ ਤੇ ਇਹ ਤੇ ਇਹ ਤੋਂ ਬਾਅਦ ਜਿਹੜੇ ਤੁਹਾਨੂੰ ਗੋਸ਼ਟ ਚੰਗਾ ਭਲਾ ਖਾਣ ਤੋਂ ਬਾਅਦ ਤਿੰਨਾਂ ਚੌ ਦਿਨਾਂ ਤਬਾਜ ਜਦੋਂ ਤੁਸੀਂ ਪੂਰੇ ਰਿਲੈਕਸ ਹੋ ਜਾਓਗੇ ਅੰਮ ਸ਼ਮ ਖਾ ਰਹੇ ਹੋਵੋਗੇ ਲੱਸੀਆਂ ਪੀ ਰਹੇ ਹੋਵੋਗੇ ਉਦੋਂ ਫਿਰ ਤੁਹਾਨੂੰ ਗ੍ਰਿਫਤਾਰੀਆਂ ਦੀਆਂ ਵੀ ਇਤਲਾਮ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹਦੇ ਵਿੱਚ ਸਾਈਂ ਬੁਜ਼ਦਾਰ ਜਿਹੜਾ ਇਹ ਟਾਪ ਲਿਸਟ ਦੇ ਉੱਤੇ ਆ ਸਾਈਂ ਬੁਜ਼ਦਾਰ ਦੀ ਗ੍ਰਿਫਤਾਰੀ ਉਸ ਤੋਂ ਬਾਅਦ ਪੰਜਾਬ ਦੇ ਕੈਦੋ پرویز ਇਲਾਈ ਦੀ ਗ੍ਰਿਫਤਾਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਇਸਹਾਕਾ ਆਪਣਾ ਉਸ ਤੋਂ ਬਾਅਦ ਜੀ ਤੁਹਾਡਾ ਆ ਜਾਂਦਾ ਮੁੰਨਸ ਇਲਾਈ ਦੀ ਗ੍ਰਿਫਤਾਰੀ ਔਰ ਤਿੰਨ ਚਾਰ ਹੋਰ ਲੋਕ ਨੇ ਜਿਨ੍ਹਾਂ ਨੇ ਇਹ ਪਾਕਿਸਤਾਨ ਦੇ ਨਾਲ ਇੱਕ ਖਿਲਵਾੜ ਕੀਤਾ ਔਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਔਰ ਨਿਆਜ਼ੀ ਦੇ ਉੱਤੇ ਕਮਜ਼ ਕਮ ਕੋਈ 50 60 ਮੁਕਦਮਾ ਜਿਹੜੇ ਨੇ ਉਹ ਦਰਜ ਨੇ ਹਜੇ ਇਹ ਛੋਟੇ ਛੋਟੇ ਮੁਕਦਮਾ ਨੇ ਵੱਡੇ ਮੁਕਦਮਾ ਇਹ ਇਦੋਂ ਬਾਅਦ ਜਿਹੜਾ ਉਹ ਦਾਖਲ ਹੋਣਗੇ ਕਿਉਂਕਿ ਬੜਿਆ ਕੁਸ਼ਾ ਰਿਆ ਅਗੋ ਬੜੀਆਂ ਵੀਡੀਓ ਇਹਦੀਆਂ ਆਣੀਆਂ ਨੇ ਆਡੀਓ ਆਣੀਆਂ ਨੇ ਪੈਸੇ ਟਰਾਂਸਫਰ ਵਾਲਾ ਸਿਸਟਮ ਆਣਾ ਹੈ ਹੁੰਡੀ ਦੇ ਦਰੀਏ ਕਿੰਨੇ ਕਰਲੇ ਮੈਨਾਂ ਭਈ ਇਹਨੇ ਕੱਖ ਨਹੀਂ ਛੱਡਿਆ ਮੁਲਕ ਇਹਦਾ ਬੜਾ ਬੇਦ ਟੜਕੋ ਕਿ ਉਹਨੇ ਪਾਕਿਸਤਾਨ ਨੂੰ ਜਿਹੜਾ ਨਾ ਫਲਾਪ ਕੀਤਾ ਹੁਣ ਹੋਣ ਜਦੋਂ ਆ ਪੈਸੇ ਮਿਲੇ ਨੇ ਚైనా ਤੋਂ ਤੇ ਪਾਕਿਸਤਾਨ ਦੇ ਵਿੱਚ ਇੱਕੋ ਹੀ ਬੰਦਾ ਹੈ ਜਿਹੜਾ ਜਿਹੜਾ ਨਾਰਾਜ਼ ਹੈ ਨਾ ਖੁਸ਼ ਹੈ ਕਿ ਇਹ ਇਹਨਾਂ ਨੂੰ ਚైనా ਨੇ ਪੈਸਾ ਕਿਉਂ ਦਿਆ ਦਿੱਤੇ ਉਹ ਪੈਸੇ ਪਾਕਿਸਤਾਨੀ ਕੌਮ ਆਸੇ ਦਿੱਤੇ ਨੇ ਤੂੰ ਤੇ ਡੋਬ ਗਿਆ ਸੈਂ ਤੇ ਚైనా ਦੇ ਤਾਰਨਾ ਚਾਹੁੰਦਾ ਤੇ ਤੈਨੂੰ ਨਹੀਂ ਸੀ ਦਿੱਤੇ ਇਸ ਤੋਂ ਬਾਅਦ ਤੂੰ ਮੁਰਾਦ ਸਹੀ ਦੇ ਨਾਲ ਮਿਲ ਕੇ ਉਡਾ ਦੇਣੇ ਨੇ ਪਾਰਟੀਆਂ 'ਚ ਇਸ ਵਾਸਤੇ ਨਹੀਂ ਸੀ ਦਿੱਤੇ ਤੇ ਇਹ ਜਿਵੇਂ ਜਿਵੇਂ ਪਾਕਿਸਤਾਨ ਦੇ ਖਜ਼ਾਨੇ ਦੇ ਵਿੱਚ ਮਾਲ ਆਂਦਾ ਜਾਏਗਾ ਖਜ਼ਾਨਾ ਭਰਦਾ ਜਾਏਗਾ ਮੁਈਸ਼ਤ ਮਜ਼ਬੂਤ ਹੁੰਦੀ ਜਾਏਗੀ ਓਵੇਂ ਓਵੇਂ ਨਿਆਜ਼ੀ ਦਾ ਖਾਤਮਾ ਜਿਹੜਾ ਉਹ ਹੁੰਦਾ ਜਾਏਗਾ ਉਹਦੀ ਪਾਰਟੀ ਵੀ ਖਤਮ ਹੋ ਜਾਏਗੀ ਬਹੁਤ ਜਲਦ ਉਹ ਜੇਲ੍ਹਚ ਵੀ ਹੋਏਗਾ ਔਰ ਕੋਈ ਨਾਮ ਲੈਵਾ ਨਹੀਂ ਰਵੇਗਾ ਜਿਸ ਤਰ੍ਹਾਂ ਕਾਫ ਲੀਗ ਦਾ ਹਸ਼ਰ ਹੋਇਆ ਇਸੇ ਤਰ੍ਹਾਂ ਅਗਲੇ ਚੰਦ ਮਹੀਨਿਆਂ ਦੇ ਵਿੱਚ ਚਲੋ ਹਫ਼ਤੇ ਨਹੀਂ ਕਹਿੰਦੇ ਮਹੀਨਿਆਂ ਦੇ ਵਿੱਚ ਇਹ ਤੁਹਾਨੂੰ ਇਹ ਤਰੀਕੇ ਇਨਸਾਫ ਦਾ ਹਸ਼ਰ ਜਿਹੜਾ ਇਹ ਹੁੰਦਾ ਨਜ਼ਰ ਆਏਗਾ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਪਾਕਿਸਤਾਨ ਦੀ ਜਿਹੜੀ ਰਿਆਸਤ ਹੈ ریاਸਤੀ ادارے ਨੇ ਉਹਨਾਂ ਵਰਕਾ ਪਾੜ ਦਿੱਤਾ ਹੈ ਦੁਬਾਰਾ ਇਹ ਤਜਰਬਾ ਨਹੀਂ ਕਰਨਾ ਤੇ ਜਿੰਨੇ ਵੀ ਮੇਰੇ ਯੂਥੀਏ ਮਿੱਠੇ ਮਿੱਠੀਆਂ ਭਰਾ ਭੈਣ ਜਿੰਨੇ ਵੀ ਤੁਸੀਂ ਬੜੇ ਕਾਬਲੇ ਇhtਰਾਮ ਮੇਰੇ ਵਾਸਤੇ ਇਹਦਾ ਇਹਦਾ ਪਿੱਛਾ ਛੱਡ ਦਿਓ ਕੋਈ ਹੋਰ ਪਾਰਟੀ ਲੱਭ ਲਓ ਕੁਈ ਹੋਰ ਲੀਡਰ ਬਣਾ ਲਓ ਆਪਣਾ ਇਹ ਕਹਾਣੀ ਖਤਮ ਹੋ ਚੁੱਕੀ ਜੇ ਇਹ ਫਰਾਡੀਆਂ ਸੀ ਨੌਸਰਵਾਦ ਸੀ ਦੋ ਨੰਬਰ ਸੀ ਮੁਲਕ ਨੂੰ ਬਰਬਾਦ ਕਰਕੇ ਆ ਗਿਆ ਹੈ ਤੇ ਇਸ ਵਾਸਤੇ ਇਹਨੇ ਕੋ ਨਹੀਂ ਜਿਆਣਾ ਆਪਣਾ ਟਾਈਮ ਨਾ ਜ਼ਾਇਆ ਕਰੋ ਇਹਦੇ ਤੇ ਬਹੁਤ ਸ਼ੁਕਰੀਆ